ਕਮ ਟੂ ਆਲ ਆਫ ਥੀਸ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਮ ਐਸ ਡਬਲ ਸਟੱਡੀ ਵਿੱਚ ਗੱਲ ਕਰਾਂਗੇ ਪੰਜਾਬ ਚ ਨਿਕਲੀਆਂ ਕੁਝ ਨਵੀਆਂ ਅਸਾਮੀਆਂ 500 ਦੇ ਲਗਭਗ ਜਿਹੜੀਆਂ ਅਸਾਮੀਆਂ ਹੈਗੀਆਂ ਸੋ ਇਹਨਾਂ ਅਸਾਮੀਆਂ ਨੂੰ ਕੌਣ ਅਪਲਾਈ ਕਰ ਸਕਦਾ ਕਿੱਦਾਂ ਤੁਸੀਂ ਅਪਲਾਈ ਕਰਨਾ ਹੈਗਾ ਤੁਹਾਡੀ ਕੀ ਕੁਆਲੀਫਿਕੇਸ਼ਨ ਹੈਗੀ ਕਿੰਨੀ ਫੀਸ ਹੈਗੀ ਆ ਉਮਰ ਕੀ ਹੈਗੀ ਆ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਜੇਕਰ ਚੈਨਲ ਤੇ ਨਵੇਂ ਹੋ ਕੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਆਉਣ ਵਾਲੇ ਜਿੰਨੇ ਵੀ ਪੰਜਾਬ ਦੇ ਸਰਕਾਰੀ ਜੋਬ ਦੇ ਇਸ਼ਤਿਹਾਰ ਹੈਗੇ ਆ ਜਾਂ ਸਰਕਾਰੀ ਜੋਬਸ ਹੈਗੀਆਂ ਜਾਂ ਲਿਮਟਿਡ ਨੌਕਰੀਆਂ ਹੈਗੀਆਂ ਪੰਜਾਬ ਚ ਤੋਂ ਉਹਨਾਂ ਦੀ ਹਰ ਇੱਕ ਜਾਣਕਾਰੀ 2024 ਦੀ ਅਪਡੇਟਡ ਚੀਜ਼ਾਂ ਤੁਹਾਨੂੰ ਆਪਣੇ ਚੈਨਲ ਤੋਂ ਹੀ ਮਿਲਦੀਆਂ ਰਹਿੰਦੀਆਂ ਨੇ ਇਹ ਜਿਹੜੀ ਭਰਤੀ ਹੈਗੀ ਆ ਇਹ ਤੁਸੀਂ ਦੇਖਦੇ ਹੋ ਪੀਐਸ ਪੀਸੀਐਲ ਦੇ ਵਿੱਚ ਹੈਗੀ ਆ ਪਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਹੈਗੀ ਆ ਤੇ ਇਸ ਭਰਤੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਇਹ ਪੋਸਟਾਂ ਤੁਸੀਂ ਦੇਖ ਸਕਦੇ ਹੋ ਜੇਈ ਜਿਹਨੂੰ ਅਸੀਂ ਜਈ ਬੋਲਦੇ ਹਾਂ ਸਿਵਲ ਦੀਆਂ ਕੁੱਲ 544 ਸਾਮੀਆਂ ਇਲੈਕਟ੍ਰੀਕਲ ਜਈ ਵੀ ਹੈ ਜੇ ਸਬਸਟੇਸ਼ਨ ਵੀ ਜਈ ਹੈਗਾ ਠੀਕ ਹੈ 544 ਪੋਸਟਾਂ ਨੇ ਇਹਦਾ ਇੱਕ ਡਿਟੇਲਡ ਨੋਟੀਫਿਕੇਸ਼ਨ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਡਿਟੇਲ ਨੋਟੀਫਿਕੇਸ਼ਨ ਕਾਫੀ ਵੱਡਾ ਉਥੇ ਕੈਟਾਗਰੀ ਉਸ ਵੰਡ ਕੀਤੀ ਗਈ ਆ ਉਥੇ ਸੈਲਰੀ ਕਿੰਨੀ ਦਿੱਤੀ ਜਾਨੀ ਤੁਹਾਨੂੰ ਜਿਹੜੀ ਏਜ ਐਜ 18 ਤੋਂ 37 ਸਾਲ ਦੀ ਰੱਖੀ ਗਈ ਆ ਠੀਕ ਹੈ ਤੇ ਇਸ ਤੋਂ ਇਲਾਵਾ ਏਜ ਰਿਲੇਕਸ਼ਨ ਜਿਹੜਾ 5 ਸਾਲ ਦਾ ਤੁਹਾਨੂੰ ਮਿਲੇਗਾ ਮਿਲੇਗਾ ਐਜ ਏ ਕੈਟਾਗਰੀ ਨੂੰ ਠੀਕ ਹੈ ਹੈਂਡੀਕੈਪਡ ਫਿਜ਼ੀਕਲ ਆ ਜਿਹੜੇ ਹੈਗੇ ਆ ਤੇ ਉਹਨਾਂ ਨੂੰ 10 ਸਾਲ ਦਾ ਮਿਲੇਗਾ ਸੋ ਜ਼ਿਆਦਾ ਡਿਟੇਲ ਨੋਟੀਫਿਕੇਸ਼ਨ ਜੀ ਹੈਗੀ ਆ ਉਹ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਮਿਲ ਜੂਗਾ ਠੀਕ ਹੈ ਇਸ ਤੋਂ ਚਾਨਲ ਵਾਸਤੇ ਤਾਂ ਲਗਭਗ 1400 ਰੁਪਏ ਫੀਸ ਹੈਗੀ ਆ ਔਰ ਜਿਹੜੀ ਬਾਕੀ ਕਾਸਟ ਹੈਗੀ ਐ ਸ਼ਡਿਊਲ ਕਾਸਟ ਚ ਆ ਜਾਂਦੇ ਉਹਨਾਂ ਨੂੰ 800 ਰੁਪਏ ਫੀਸ ਦੀ ਹੋਏਗੀ ਅਪਲਾਈ ਕਰਨੀ ਇਹ ਫੀਸ ਬਹੁਤ ਜ਼ਿਆਦਾ ਹੈਗੀ ਤੇ ਮਾੜੀ ਗੱਲ ਹੈਗੀ ਸਰਕਾਰ ਦੀ ਆਪਾਂ ਇਹ ਚੀਜ਼ ਮੰਨਦੇ ਆ ਕਿ ਇੱਕ ਪਹਿਲੀ ਹੀ ਬੇਰੁਜ਼ਗਾਰ ਨੇ ਕਿ ਉਹਨਾਂ ਨੂੰ ਤਾਂ ਇੰਨੀ ਨਹੀਂ ਫੀਸ ਲੈ ਕੇ ਪੈਸੇ ਇਕੱਠੇ ਕਰਨੇ ਇਹ ਕਿੰਨਾ ਕਿਤੇ ਮਾੜੀ ਗੱਲ ਹੈਗੀ ਆ ਚਲੋ ਦੂਸਰੀ ਇਹ ਅਫੀਸ਼ੀਅਲ ਵੈਬਸਾਈਟ ਵੀ ਹੈਗੀ ਹੈ ਠੀਕ ਹੈ ਇਹ ਤੇ ਜਾ ਕੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਤੇ ਉਹ ਜਿਹੜਾ ਫੁੱਲ ਨੋਟੀਫਿਕੇਸ਼ਨ ਆ ਮੈਂ ਤੁਹਾਨੂੰ ਦਿਖਾ ਦਿੰਦਾ ਕੋਈ ਵੀ ਹੋਰ ਜਾਣਕਾਰੀ ਹੈਗੀ ਤੁਸੀਂ ਫੁੱਲ ਨੋਟੀਫਿਕੇਸ਼ਨ ਚ ਪੜ ਸਕਦੇ ਹੋ ਠੀਕ ਹੈ ਸੋ ਇਹ ਜਾਣਕਾਰੀ हां ये ਤੁਸੀਂ ਦੇਖਦੇ ਹੋ ਫੁੱਲ ਅਫੀਸ਼ੀਅਲ ਨੋਟੀਫਿਕੇਸ਼ਨ ਆਇਆਗਾ ਜਿੱਥੇ ਜਿਹੜੀ ਡੇਟ ਵੀ ਦਿੱਤੀ ਹੈ ਵੀ 9 ਤਰੀਕ ਤੋਂ ਲੈ ਕੇ ਇਹ 1 ਮਾਰਚ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਵਗੈਰਾ ਉੱਥੇ ਤੱਕ ਹੀ ਸਬਮਿਟ ਹੋਏਗੀ ਠੀਕ ਹੈ ਬਾਕੀ ਇਹ ਸਾਰਾ ਨੋਟੀਫਿਕੇਸ਼ਨ ਆਪਾਂ ਇੱਥੇ ਡਿਸਕਸ ਨਹੀਂ ਕਰ ਸਕਦੇ ਦੇਖੋ 543 ਅਸਾਮੀਆਂ ਹੈਗੀਆਂ ਠੀਕ ਇਹਨਾਂ ਨੂੰ ਕੈਟਾਗਰੀ ਵਾਸ ਵੰਡਿਆ ਹੈਗਾ ਸਾਰਾ ਕੁਝ ਠੀਕ ਹੈ ਤੁਸੀਂ ਪੜ੍ਹ ਸਕਦੇ ਹੋ ਇਹ ਸਾਰੀ ਚੀਜ਼ਾਂ ਮੈਂ ਆਡੀਟਸ ਨੂੰ ਦੱਸ ਚੁੱਕੇ ਹਾਂ ਇਹ ਨੋਟੀਫਿਕੇਸ਼ਨ ਆਪਣੇ ਟੈਲੀਗ੍ਰam ਚੈਨਲ ਉੱਪਰ ਪਾ ਦਿੱਤਾ ਜਾਏਗਾ ਉੱਥੇ ਆ ਕੇ ਤੁਸੀਂ ਖੁਦ ਇਸ ਨੂੰ ਰੀਡ ਕਰਨਾ ਹੈ ਬਰੀਕੀ ਦੇ ਨਾਲ ਡਿਪਲੋਮਾ ਤੁਹਾਡਾ ਹੋਣਾ ਚਾਹੀਦਾ ਇਲੈਕਟ੍ਰੀਕਲ ਦੇ ਵਿੱਚ ਤਿੰਨ ਤੋਂ ਚਾਰ ਸਾਲ ਦੇ ਤਿੰਨ ਤੋਂ ਤਿੰਨ ਸਾਲ ਦਾ ਜਾਂ ਚਾਰ ਸਾਲ ਵਾਲਾ ਠੀਕ ਹੈ ਸੋ ਇਹ تمੇ ਹੀ ਪੋਸਟਨ ਲਈ ਸੇਮ ਹੀ ਜਿਹੜਾ ਡਿਪਲੋਮਾ ਜਿਹੜੀ ਕੁਆਲਿਫੀਕੇਸ਼ਨ ਰਹੇਗੀ 10ਵੀਂ ਪੱਧਰ ਦੀ ਪੰਜਾਬੀ ਲਾਜ਼ਮੀ ਹੁੰਦੀ ਹੈ ਪਾਸ ਕਰਨੀ ਠੀਕ ਹੈ ਇਸ ਨੂੰ ਪਤਾ 18 ਤੋਂ 37 ਹੋਏਗੀ ਸੋ ਜ਼ਿਆਦਾ ਗੱਲਾਂ ਇੱਥੇ ਨਹੀਂ ਕਰਾਂਗੇ ਤੁਸੀਂ ਪੰਜਾਬ ਦੀ ਕਿਸੇ ਵੀ ਹੋਰ ਜੌਬ ਦੇ ਲਈ ਜੁੜੇ ਹੈਗੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕਨ ਦਾ ਬਟਨ ਦਬੋ ਇਹ ਵੀਡੀਓ ਬទਲੇ ਲਾਈਕ ਕਰੋ ਸ਼ੇਅਰ ਕਰੋ ਜੇਕਰ ਤੁਸੀਂ ਪੰਜਾਬ ਦੇ ਟੀਚਿੰਗ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿਵੇਂ ਪੀਐਸਟੈਟ ਆਪਣੇ ਚੈਨਲ ਦੇ ਬਹੁਤ ਹੀ ਘੱਟ ਫੀਸ ਤੇ ਤੁਹਾਨੂੰ 500 ਦਾ ਕੋਰਸ ਮਿਲਦਾ ਸਿਰਫ ਸੀਡੀਪੀ ਦਾ ਚਾਹੇ ਪੇਪਰ 1 ਨਾ ਚਾਹੇ ਪੇਪਰ 2 ਆ ਇਸ ਤੋਂ ਇਲਾਵਾ ਤੁਹਾਨੂੰ 999 ਰੁਪਿਆ ਦਾ ਕੋਰਸ ਮਿਲਦਾ ਤਿੰਨ ਸਬਜੈਕਟਾਂ ਦਾ ਜਿਹਦੇ ਵਿੱਚ ਸੀਡੀਪੀ ਪੰਜਾਬੀ ਇੰਗਲਿਸ਼ ਪੀਐਸਟ ਵਾਸਤੇ ਟੀਚਰ ਐਗਜ਼ਾਮ ਵਾਸਤੇ ਠੀਕ ਹੈ ਚਾਹੀਏ ETT ਕੀਤੀ ਹੈ ਚਾਹੀਏ BEd ਕੀਤੀ ਹੈ ਇਸ ਤੋਂ ਲੋ ਬਾ ਤੁਹਾਨੂੰ SST ਦੀ ਤਿਆਰੀ ਕਰ ਰਹੇ 2000 ਦਾ ਫੁੱਲ ਕੋਰਸ ਤੁਹਾਨੂੰ ਮਿਲਦਾ ਜਿਸ ਦੇ ਵਿੱਚ ਸਾਰਾ ਕੁਝ ਥਿਉਰੀ ਨੋਟਸ PDF ਵੀਡੀਓ ਲੈਕਚਰ ਤੁਹਾਨੂੰ ਮਿਲਣਗੇ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਜੇਕਰ ਤੁਸੀਂ ਹੋਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਜਿਵੇਂ ਵੀਡੀਓ ਪਟਵਾਰੀ ਪੰਜਾਬ ਪੁਲਿਸ ਸਬ ਇੰਸਪੈਕਟਰ ਜਾਂ ਫਿਰ ਐਕਸਾਈਜ਼ ਇੰਸਪੈਕਟਰ ਠੀਕ ਹੈ ਹੋਰ ਜਿਹੜੀਆਂ ਸਾਮੀਆਂ ਜਿਨ੍ਹਾਂ ਵਿੱਚ ਆਪਣਾ ਅਲੱਗ-ਅਲੱਗ ਸਲੇਵਸ ਹੁੰਦਾ ਮੈਥ ਰੀਜ਼ਨਿੰਗ ਪੰਜਾਬ ਜੀ ਕੇ கரنٹ ਅਫੇਅਰ ਤਾਂ ਉਸ ਤਰ੍ਹਾਂ ਦੇ एग्जाम ਦੀ ਤਿਆਰੀ ਵੀ ਆਪਾਂ ਜਲਦੀ ਆਪਣੇ ਚੈਨਲ ਤੇ ਇਸੇ ਤੇ ਸਟਾਰਟ ਕਰਾਂਗੇ ਜਾਂ ਇੱਕ ਆਪਣਾ ਪਲਾਨ ਹੈਗਾ ਕਿ ਇੱਕ ਨਵਾਂ ਚੈਨਲ ਬਣਾਈਏ ਜਿੱਤੇ ਸਾਨੂੰ ਟੀਚਿੰਗ एग्जाम ਤੋਂ ਬਿਨਾ ਸਿਰਫ ਕਲੇ ਕੰਪੀਟੀਟਿਵ एग्जाम ਦੀ ਹੀ ਤਿਆਰੀ ਅਲੱਗ ਤੋਂ ਕਰਵਾਈ ਜਾਵੇ ਤਾਂ ਉਸ ਨੂੰ ਇੱਕ ਵਧੀਆ ਤਰੀਕੇ ਨਾਲ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਠੀਕ ਹੈ ਸੋ ਬਣੇ ਰਹੋ ਚੈਨਲ ਜਲਦੀ ਤੁਹਾਨੂੰ ਉਹ ਵੀ ਇੱਕ ਖੁਸ਼ਖਬਰੀ ਦੇਵਾਂਗੇ ਸੋ ਸਲਾ ਪੰਜਾਬ ਦੀ ਕੋਈ ਵੀ ਜੌਬਸ ਆਉਂਦੀ ਹੈ ਤਾਂ ਲਿਮਟਿਡ ਹੈ ਚਾਹੇ ਸਰਕਾਰੀ ਹੈ ਚਾਹੇ ਅਰਧ ਸਰਕਾਰੀ ਹੈ ਤਾਂ ਉਸ ਦੀ ਹਰ ਇੱਕ ਦੀ ਜਾਣਕਾਰੀ ਬਿਲਕੁਲ ਅਫੀਸ਼ੀਅਲ ਆਥੈਂਟਿਕ ਆਪਣੇ ਚੈਨਲ ਉਪਰ ਤੁਹਾਨੂੰ ਮਿਲ ਜਾਊਗੀ ਕੋਈ ਵੀ ਫੇਕ ਚੀਜ਼ ਆਪਾਂ ਨਹੀਂ ਪਾਉਂਦੇ ਸੋ ਧੰਨਵਾਦ